ਅਸੀਂ ਪਹੁੰਚੇ ਹਾਂ ਨਵੀਂ ਅਪਡੇਟ ਲੈ ਕੇ ਫਲੋਰ ਦੇ ਵਿੱਚ ਪਿੰਦੇ ਬਿੱਗ ਮਸਲ ਜਿਮ ਦੀ ਓਪਨਿੰਗ ਹੋਈ ਹੈ ਜਿੱਥੇ ਅੱਜ ਬਹੁਤ ਹੀ ਮਸ਼ਹੂਰ ਕਬੱਡੀ ਖਿਡਾਰੀ ਜਿਨ੍ਹਾਂ ਨੂੰ ਬਹੁਤ ਅਵਾਰਡਾਂ ਦੇ ਨਾਲ ਸਨਮਾਨ ਵੀ ਕੀਤਾ ਗਿਆ ਬਾਜੀ ਜੰਡ ਵਾਲੇ ਉਹ ਇੱਥੇ ਜਿਹੜਾ ਬਿੱਗ ਮਸਲ ਆ ਜਿਹੜਾ ਜਿਮ ਦੀ ਅੱਜ ਓਪਨਿੰਗ ਕਰਨੇ ਆ ਜਿਹੜਾ ਇੱਥੇ ਆਏ ਸੀਗੇ ਅੱਜ ਅਸੀਂ ਇੱਥੇ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਸਾਰਾ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਆ ਕਿਹੋ ਜਿਹਾ ਜਿਮ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੰਡ ਭਾਅ ਜੀ ਨਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਤੇ ਤੁਸੀਂ ਭਾਅ ਜੀ ਅੱਜ ਫਲੋਰ ਦੇ ਵਿੱਚ ਪਹੁੰਚੇ ਆ ਫਲੋਰ ਜਿਹੜਾ ਜਿਮ ਦਾ ਉਦਘਾਟਨ ਕੀਤਾ ਕਿੱਦਾਂ ਤੁਸੀਂ ਅੱਜ ਇੱਥੇ ਪਹੁੰਚੇ ਆ ਕਿਹੋ ਜਿਹਾ ਤੁਹਾਨੂੰ ਲੱਗਾ ਬਹੁਤ ਵਧੀਆ ਲੱਗਿਆ ਜੀ ਬਹੁਤ ਸੋਹਣਾ ਜਿਮ ਆ ਹਾਲ ਬਹੁਤ ਵਧੀਆ ਸਾਰਾ ਕੁਛ ਵਧੀਆ ਆਲੇ ਦੁਆਲੇ ਲੋਕਾਂ ਨੂੰ ਬਹੁਤ ਸਹੂਲਤ ਮਿਲ ਗਈ ਬਹੁਤ ਵਧੀਆ ਸਹੂਲਤ ਆ ਜੀ ਬਹੁਤ ਵੱਡਾ ਹਾਲ ਆ ਐਕਸਰਸਾਈਜ਼ ਕਰੋ ਆ ਕੇ ਸਿਹਤ ਬਣਾਓ ਬਿਮਾਰੀਆਂ ਨੂੰ ਦੂਰ ਭਜਾਓ ਜੀ ਠੀਕ ਆ ਜੀ ਜੇ ਸਿਹਤ ਆ ਸਾਰਾ ਕੁਛ ਹੀ ਆ ਜੇ ਸਿਹਤ ਨਹੀਂ ਫਿਰ ਕੁਛ ਵੀ ਨਹੀਂ ਠੀਕ ਆ ਜੀ ਪੈਸਾ ਪੂਸਾ ਤਾਂ ਆਪੇ ਸਾਰਾ ਕੁਛ ਬਣੀ ਜਾਂਦਾ ਪਹਿਲਾਂ ਸਿਹਤ ਬਣਾਓ ਜੀ ਸਿਹਤ ਵਧੀਆ ਨਾਲੇ ਬਿਮਾਰੀਆਂ ਨੂੰ ਦੂਰ ਰਹੋ ਅੱਜ ਤੁਸੀਂ ਇੱਥੇ ਪਹੁੰਚੇ ਆ ਜਿੱਦਾਂ ਸਾਰੇ ਨੌਜਵਾਨ ਵੀ ਇੱਥੇ ਆ ਤੁਸੀਂ ਨੌਜਵਾਨ ਨੂੰ ਕੀ ਮੋਟੀਵੇਟ ਕਰੋਗੇ ਵੀ ਜਿੱਦਾਂ ਅੱਜ ਕੱਲ੍ਹ ਨੌਜਵਾਨ ਆ ਜਿਹੜੇ ਤੁਸੀਂ ਦੇਖਦੇ ਹੋਣੇ ਜ਼ਿਆਦਾਤਰ ਜਿਹੜੇ ਆ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਧੱਕ ਰਹੇ ਆ ਉਹਨਾਂ ਨੂੰ ਕੀ ਪ੍ਰੇਰਿਤ ਕਰਨਾ ਇਹੀ ਆ ਜੀ ਵੀ ਕਿਸੇ ਦੀ ਗੱਲ ਨਾ ਸੁਣੋ ਤਪੱਸਿਆ ਕਰੋ ਹਾਰਡ ਐਕਸਰਸਾਈਜ਼ ਕਰੋ ਵਧੀਆ ਡਾਈਟ ਖਾਓ ਸ਼ਾਰਟਕੱਟ ਨਾ ਮਾਰੋ ਐਕਸਰਸਾਈਜ਼ ਕਰੋ ਅਤੇ ਤਪੱਸਿਆ ਦਾ ਫਲ ਮਿਲੂਗਾ ਮਿਲੂਗਾ ਜੀ ਇਹ ਸਾਡੇ ਕੋਲ ਅੱਜ ਮੌਜੂਦ ਆ ਜਿਨ੍ਹਾਂ ਨੇ ਅੱਜ ਓਪਨਿੰਗ ਕੀਤੀ ਹੈ ਜਿਮ ਦੀ ਸਾਡੇ ਨਾਲ ਉਹ ਵੀ ਮੌਜੂਦ ਹੈ ਜਿਨ੍ਹਾਂ ਨੇ ਭਾਅ ਜੀ ਨੇ ਜਿਮ ਸਟਾਰਟ ਕੀਤਾ ਛਿੰਦੀ ਭਾਅ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੁਹਾਨੂੰ ਮਿਲਾਉਂਦੇ ਹਾਂ ਛਿੰਦੀ ਭਾਅ ਜੀ ਨਾਲ ਸਤਿ ਸ਼੍ਰੀ ਅਕਾਲ ਛਿੰਦੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਤੁਸੀਂ ਅੱਜ ਜਿਮ ਖੋਲ੍ਹਿਆ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕੀ ਭਾਅ ਜੀ ਤੁਸੀਂ ਅੱਜ ਜਿਮ ਖੋਲ੍ਹਿਆ ਕੀ ਨੌਜਵਾਨਾਂ ਨੂੰ ਕੀ ਮੋਟੀਵੇਟ ਕਰਨਾ ਇਹ ਇੱਦਾਂ ਨੌਜਵਾਨਾਂ ਨੂੰ ਇੱਦਾਂ ਮੋਟੀਵੇਟ ਕਰੂੰਗਾ ਕਿ ਐਕਸਰਸਾਈਜ਼ ਲਾਓ ਇੱਥੇ ਆ ਕੇ ਆਪਣੀ ਬੋਡੀ ਦਾ ਸਟਰਕਚਰ ਚੇਂਜ ਕਰਾਓ ਠੀਕ ਹੈ ਜੀ ਜਿਹੜੇ ਮੋਟੇ ਆ ਉਹਨਾਂ ਨੂੰ ਜ਼ਿਆਦਾ ਬਿਮਾਰੀਆਂ ਲੱਗਦੀਆਂ ਆਪਾਂ ਫਿੱਟ ਰਵਾਂਗੇ ਤਾਂ ਆਪਾਂ ਬਿਮਾਰੀਆਂ ਤੋਂ ਵੀ ਦੂਰ ਹਾਂ ਹੁਣ ਜਿੱਦਾਂ ਕਰੋਨਾ ਚੱਲ ਰਿਹਾ ਆ ਉਹਦੇ ਵਿੱਚ ਸਪੈਸ਼ਲੀ ਕਹਿ ਰਿਹਾ ਕਿ ਐਕਸਰਸਾਈਜ਼ ਲਾਓ ਆਪਣਾ ਮੀਨੋ ਜਿਹੜਾ ਮੀਨੋ ਸਿਸਟਮ ਆ ਸਟਰੋਂਗ ਕਰੋ ਅਤੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਦੂਰ ਰੱਖੋ ਇੱਕ ਚੀਜ਼ ਭਾਅ ਜੀ ਇੱਥੇ ਹੀ ਹੋਰ ਮੈਂ ਪੁੱਛਣੀ ਚਾਹੁੰਦਾ ਜਿੱਦਾਂ ਨੌਜਵਾਨ ਮੁੰਡੇ ਜਿਮ ਲਈ ਆਉਂਦੇ ਆ ਇੱਥੇ ਜਿੱਦਾਂ ਡਾਈਟ ਵਗੈਰਾ ਦਾ ਜਿਹੜਾ ਉਹ ਵੀ ਤੁਹਾਡੇ ਕੋਲ ਪ੍ਰਬੰਧ ਹਾਂਜੀ ਹਾਂਜੀ ਪ੍ਰੋਪਰ ਮੈਂ ਡਾਈਟ ਚਾਰਟ ਲਿਖ ਕੇ ਦਿੰਦਾ ਜੀ ਪ੍ਰੋਪਰ ਐਕਸਰਸਾਈਜ਼ ਚਾਰਟ ਲਿਖ ਕੇ ਦਿੰਦਾ ਹਾਂ ਪੂਰੀ ਟ੍ਰੇਨਿੰਗ ਦੇਈਦੀ ਹੈ ਇੱਥੇ ਅਤੇ ਕੀ ਭਾਅ ਜੀ ਜਿਹੜਾ ਫੀਸ ਚਾਰਜ ਆ ਤੁਸੀਂ ਉਹਦਾ ਕੀ ਹੈ ਇੱਥੇ ਜਿਹੜਾ ਫੀਸ ਚਾਰਜ ਰੱਖਿਆ ਇੱਥੇ 800 ਰੁਪਈਆ ਪਰ ਮੰਥ ਜੀ ਫੀਸ ਆ ਅਤੇ ਵਿਦਆਊਟ ਕਾਰਡੀਓ ਵਿਦ ਕਾਰਡੀਓ 1200 ਆ ਇਹ ਸਨ ਸਾਡੇ ਨਾਲ ਇਸ ਜਿਮ ਦੇ ਓਨਰ ਸੂਰਜ ਜੀ ਇਸ ਵੇਲੇ ਸੋਰੀ ਛਿੰਦੀ ਭਾਅ ਜੀ ਅਤੇ ਇਸ ਵੇਲੇ ਜਿਹੜਾ ਇੱਥੇ ਬਹੁਤ ਸਾਰੇ ਨੌਜਵਾਨ ਖੜ੍ਹੇ ਆ ਇੱਕ ਸਾਡੇ ਕੋਲ ਇੱਥੇ ਜਿਹੜੇ ਕੋਚ ਆ ਉਹ ਵੀ ਇੱਥੇ ਮੌਜੂਦ ਆ ਸੂਰਜ ਭਾਅ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਉਹਨਾਂ ਦਾ ਕਹਿਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਅੱਜ ਤੁਸੀਂ ਇੱਥੇ ਜਿਮ ਦੇ ਵਿੱਚ ਆ ਕੋਚ ਵੀ ਇੱਥੇ ਦੇ ਤੁਸੀਂ ਕੀ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨੌਜਵਾਨਾਂ ਨੂੰ ਸਾਡੀ ਇਹੀ ਅਪੀਲ ਆ ਕਿ ਆਪਣੇ ਸਿਹਤ ਦਾ ਧਿਆਨ ਰੱਖੋ ਅਤੇ ਵਧੀਆ ਖੁਰਾਕ ਖਾਓ ਜਿਮ ਆਓ ਅਤੇ ਆਪਣੀ ਪ੍ਰੈਕਟਿਸ ਜ਼ਿਆਦਾ ਤੋਂ ਜ਼ਿਆਦਾ ਵਧੀਆ ਕਰ ਸਕਦੇ ਹਾਂ ਤੁਸੀਂ ਦੇਖੋ ਤੁਹਾਡੇ ਸ਼ਹਿਰ 'ਚ ਇੰਨੀ ਵੱਡੀ ਤੁਹਾਨੂੰ ਓਪਰਚੁਨਿਟੀ ਮਿਲੀ ਆ ਤੁਸੀਂ ਇੰਨਾ ਵਧੀਆ ਹੁਣ ਇੱਥੇ ਐਡਾ ਵੱਡਾ ਹਾਲ ਆ ਠੀਕ ਹੈ ਵਰਕਆਊਟ ਕਰ ਸਕਦੇ ਹੋ ਤੁਸੀਂ ਖੁੱਲ੍ਹਾ ਅਤੇ ਤੁਹਾਨੂੰ ਇੰਨਾ ਵਧੀਆ ਕੋਚ ਇੱਥੇ ਗਾਈਡ ਕਰਨ ਦੇ ਲਈ ਹੈਗਾ ਆ ਅਤੇ ਤੁਸੀਂ ਇਹਦਾ ਫਾਇਦਾ ਉਠਾਓ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆ ਕੇ ਅਤੇ ਦੇਖੋ ਤੁਹਾਨੂੰ ਜਿਮ ਪਸੰਦ ਆਉਂਦਾ ਆ ਅਤੇ ਆਪੋ ਕੋਚ ਦੇ ਕੋਲੋਂ ਵਧੀਆ ਗਾਈਡਿੰਗ ਲਓ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ ਇਸ ਵੇਲੇ ਜਿਹੜਾ ਉਹਨਾਂ ਨੇ ਵੀ ਕਿਹਾ ਵੀ ਇੱਥੇ ਤੁਸੀਂ ਪਹੁੰਚੋ ਪਹੁੰਚ ਕੇ ਇੱਕ ਵਾਰ ਵਿਜ਼ਿਟ ਕਰੋ ਅਸੀਂ ਵੀ ਤੁਹਾਨੂੰ ਇਹੀ ਕਹਾਂਗੇ ਵੀ ਜਿੱਦਾਂ ਕਰੋਨਾ ਵਾਇਰਸ ਵਰਗੀ ਨਾਮਰਾਦ ਬਿਮਾਰੀ ਚੱਲ ਰਹੀ ਆ ਸਾਰਿਆਂ ਵੱਲੋਂ ਇਹੀ ਅਪੀਲ ਕੀਤੀ ਜਾਂਦੀ ਆ ਡਾਕਟਰਾਂ ਵੱਲੋਂ ਲਾ ਲਓ ਪ੍ਰਸ਼ਾਸਨ ਵੱਲੋਂ ਵੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿਹੜੀ ਆ ਕਿਸੇ ਨਾ ਤਰ੍ਹਾਂ ਦੀ ਵਰਜਿਸ਼ ਆ ਜਿਹੜੀ ਉਹ ਕਰਨੀ ਚਾਹੀਦੀ ਆ ਚਾਹੇ ਉਹ ਸਵੇਰ ਮੋਰਨਿੰਗ ਟਾਈਮ ਦੀ ਜਾਂ ਈਵਨਿੰਗ ਟਾਈਮ ਦੀ ਸੈਰ ਹੋਵੇ ਜਾਂ ਜਿਮ ਦੇ ਰਿਲੇਟਿਵ ਹੋਵੇ ਆਪਾਂ ਤੁਹਾਨੂੰ ਇਹੀ ਕਹਾਂਗੇ ਵੀ ਇੱਕ ਵਾਰ ਜਿਹੜਾ ਤੁਸੀਂ ਵੀ ਇੱਥੇ ਪਹੁੰਚ ਕੇ ਜਿਹੜੀ ਵਿਜ਼ਿਟ ਕਰੋ ਵਿਜ਼ਿਟ ਕਰਕੇ ਦੇਖੋ ਅਗਰ ਤੁਹਾਨੂੰ ਵਧੀਆ ਲੱਗਦਾ ਤੁਸੀਂ ਵੀ ਇੱਥੇ ਜਿਹੜਾ ਆ ਕੇ ਆਪਣਾ ਜਿਮ ਹੈ ਆਪਣੀ ਬੋਡੀ ਨੂੰ ਆ ਜਿਹੜਾ ਸਟਰੋਂਗ ਕਰ ਸਕਦੇ ਆ ਮੈਂ ਫਲੋਰ ਤੋਂ ਕੈਮਰਾਮੈਨ ਅਜੇ ਕੁਲੇਰ ਦੇ ਨਾਲ ਅਮਰਜੀਤ ਸਿੰਘ ਮੋਨੂ